ਸਾਡੇ ਕੋਲ 18 ਕੱਟੇ ਨੇ ਇਹ ਕਮ ਜੋ ਕੰਮ ਜਿਹੜਾ ਨਾ 5000 ਰੁਪਿਆ ਜਿਹੜਾ ਨਾ ਇੱਕ ਕੱਟਾ ਜਿਹੜਾ ਨਾ ਇਹ ਮਹੀਨਾ ਜਿਹੜਾ ਨਾ ਇਹ ਸਾਨੂੰ ਪ੍ਰੋਫਿਟ ਜਿਹੜਾ ਦੇ ਦਿੰਦਾ ਤੇ 18 ਕੱਟੇ ਨੇ 18 5 90000 ਰੁਪਇਆ 90000 ਰੁਪਇਆ ਜਿਹੜਾ ਨਾ ਘਰ ਬੈਠੇ ਦੇ ਆ ਵੇਲੇ ਕੋਈ ਕੰਮ ਨਹੀਂ ਕੋਈ ਕਾਰ ਨਹੀਂ ਏਡਾ ਵੱਡਾ ਕੋਈ ਸਾਡਾ ਕੋਈ ਨਹੀਂ ਹੈਗਾ ਤੇ ਖਿੱਚ ਨਹੀਂ ਸਾਡੀ ਤੇ ਪੱਠੇ ਸੁਬਾਹ ਵੱਢਦੇ ਨੇ ਫਿਰ ਪੁੱਤਰ ਕੇ ਪਾ ਦੇ ਨੇ ਬਸ ਸਾਰਾ ਦਿਨ ਵੇਲੇ ਤੇ ਮਾਸ਼ਾਅੱਲਾ ਬੜਾ ਸ਼ੁਕਰ ਅੱਲਾ ਦਾ ਬਿਹਤਰੀਨ ਕੰਮ ਸਰ ਕੀ ਹਾਲ ਚਾਲ ਨੇ ਅਲਹਮਦੁਲਿਲਾ ਕੀ ਨਾਂ ਜੀ ਆਪਣਾ ਸਜਾਦ ਅਮਨ ਸਜਾਦ ਸਾਹਿਬ ਕੱਟੇ ਕਦੋਂ ਦੇ ਪਾਲਦੇ ਹੋ ਕੱਟੇ ਸਰ ਸਾਨੂੰ ਹੋ ਗਏ ਨੇ ਕੋਈ 4 ਕਮਾਨ ਚਾਰ ਕਮਾਨ ਦਾ ਤਜਰਬਾ ਕਿਹੋ ਰਿਹਾ ਤਜਰਬਾ ਬਹੁਤ ਅੱਛਾ ਰਿਹਾ ਜੀ ਅੱਛਾ ਕੱਟਿਆਂ ਦਾ ਕੰਮ ਔਖਾ ਸਮਝਦੇ ਜਾਂ ਸੌਖਾ ਸਮਝਦੇ ਇਹ ਸਾਰੇ ਇੰਨਾ ਕੁ ਸੌਖਾ ਕੰਮ ਹੈ ਕਿ ਜਿੰਨਾ ਕੁ ਬੰਦਾ ਝੂਠ ਹੀ ਬੋਲੇ ਲੋਕ ਆਉਂਦੇ ਨੇ ਔਖਾ ਇਹ ਬਹੁਤ ਹੀ ਸੌਖਾ ਕੰਮ ਹੈ ਅਤੇ ਔਰ ਬਹੁਤ ਅੱਛਾ ਕੰਮ ਹੈਗਾ ਅੱਛਾ ਹੁਣ ਸਾਬਤ ਕਰੋਗੇ ਕਿਵੇਂ ਅੱਛਾ ਅਤੇ ਕਿਵੇਂ ਸੌਖਾ ਅੱਛਾ ਇਸ ਵਾਸਤੇ ਜੀ ਅਸੀਂ ਤਾਂ ਪਹਿਲੀ ਵਾਰੀ ਕੰਮ ਸ਼ੁਰੂ ਕੀਤਾ ਅਤੇ ਪਹਿਲਾਂ ਮੈਂ ਲਿਆ ਸੀ ਇੱਕ ਕੱਟਾ ਉਹ ਵਾਲਾ ਜਿਹੜਾ ਬੜਾ ਵੱਡਾ ਕੱਟਾ ਅੱਛਾ ਇਹ ਲਿਆ ਸੀ 20000 ਦਾ ਅਤੇ ਉਹ ਰੱਖਿਆ ਫਿਰ ਅਸਾਂ ਇੱਕ ਮੱਝ ਲਈ ਮੱਝ ਦੇ ਨਾਲ ਫਿਰਦਾ ਰਿਹਾ ਅਤੇ ਫਿਰ ਬਸ ਐਵੇਂ ਸਾਡੇ ਨਾਲ ਜ਼ਿਹਨ 'ਚ ਸ਼ੌਕ ਆਇਆ ਕਿ ਕੱਟੇ ਜਿਹੜੇ ਨੇ ਠੀਕ ਨੇ ਕੀ ਜ਼ਰੂਰਤ ਕੀਤੀ ਹੈ ਹੋਰ ਕੱਟੇ ਪਾ ਲਈ ਪਹਿਲਾਂ ਵੀ ਜ਼ਿਹਨ 'ਚ ਆਇਆ ਕਿ ਕੱਟਿਆਂ ਦਾ ਕੰਮ ਜਿਹੜਾ ਨਾ ਠੀਕ ਆ ਉਹ ਫਿਰ ਅਸੀਂ ਕੱਟੇ ਕੋਈ 4 ਮਹੀਨੇ ਹੋ ਗਏ ਜੇ ਇਹ ਫਿਰ ਮੰਡੀਓ ਫਿਰ ਅਸੀਂ ਇੱਕ ਇੱਕ ਦੋ ਦੋ ਚਾਰ ਚਾਰ ਕਰਕੇ ਲਿਆਉਂਦੇ ਨੇ ਅਤੇ 18 ਕੱਟੇ ਜੇ 18 ਕੱਟੇ ਨੇ ਤੁਹਾਡੇ ਕੋਲ ਹਾਂਜੀ ਅੱਛਾ ਕੱਟਾ ਖਰੀਦਣ ਦਾ ਤਜਰਬਾ ਹੈ ਹੀ ਜਾਂ ਪਹਿਲੀ ਦਫ਼ਾ ਕੋਈ ਤਜਰਬਾ ਨਹੀਂ ਪਹਿਲੀ ਦਫ਼ਾ ਖਰੀਦਿਆ ਅਤੇ ਪਹਿਲੀ ਦਫ਼ਾ ਖਰੀਦਣ ਨਾਲ ਤੁਹਾਨੂੰ ਕੋਈ ਮੁਸ਼ਕਲਾਂ ਵੀ ਆਈਆਂ ਹੋਣਗੀਆਂ ਜ਼ਾਹਰ ਰੱਬ ਤੋਂ ਅੱਗੇ ਹੀ ਕੰਮ ਸ਼ੁਰੂ ਕੀਤਾ ਮੁਸ਼ਕਲਾਂ ਤੋਂ ਅੱਛਾ ਕਦੇ ਐਸਾ ਹੋਇਆ ਕਿ ਕੱਟਾ ਤੁਸੀਂ ਆਪਣੇ ਲਈ ਚੰਗਾ ਵੇਖ ਕੇ ਲਿਆਏ ਹੋ ਅਤੇ ਇੱਥੇ ਆ ਕੇ ਨੇ ਗਰੋਥ ਘੱਟ ਕੀਤੀ ਹੋਏ ਹਾਂ ਕੋਈ ਕੱਟੇ ਹੈ ਨੇ ਜਿਹਨਾਂ ਗਰੋਥ ਘੱਟ ਕੀਤੀ ਹੈ ਬਾਕੀ ਠੀਕ ਨੇ ਸਾਰੇ ਕੋਈ 2-4 ਜਾਨਵਰ ਐਸੇ ਹੈ ਨੇ ਜਿਹਨਾਂ ਗਰੋਥ ਘੱਟ ਕੀਤੀ ਨਹੀਂ ਤਾਂ ਉਹਦੀ ਵਜ੍ਹਾ ਨਹੀਂ ਤੁਹਾਨੂੰ ਪਤਾ ਲੱਗੀ ਕਿਉਂ ਘੱਟ ਕੀਤੀ ਹੈ ਬਸ ਅਸਲ 'ਚ ਅਸੀਂ ਪਹਿਲੀ ਦਫ਼ਾ ਆਈ ਹਾਂ ਕੱਟਾ ਸਾਨੂੰ ਨਾ ਤਜਰਬਾ ਨਹੀਂ ਸੀ ਅੱਗੋਂ ਇਨਸ਼ਾ ਅੱਲਾ ਨਾ ਤਜਰਬਾ ਹੋ ਜਾਏਗਾ ਅਤੇ ਉਹ ਕੱਟਾ ਜਿਹੜਾ ਨਾ ਉਹ ਸਾਨੂੰ ਪਤਾ ਨਹੀਂ ਸੀ ਕਿਹਦੀ ਵਜ੍ਹਾ ਤੋਂ ਨਾ ਉਹ ਮੰਡੀ ਦੇ ਵਿੱਚੋਂ ਪਹਿਲੀ ਦਫ਼ਾ ਖਰੀਦੇ ਨੇ ਕੁਛ ਕੱਟੇ ਐਸੇ ਨੇ ਜਿਹਨਾਂ ਗਰੋਥ ਘੱਟ ਕੀਤੀ ਸਰ ਐਵਰੇਜ ਕੀਮਤ ਦੱਸੋ ਹੁਣ ਵੀ ਇੱਕ ਕੱਟਾ ਤੁਹਾਨੂੰ ਕਿੰਨੇ ਜੇ ਪੈ ਗਿਆ ਸੀ ਤਕਰੀਬਨ ਇਹ ਸਾਨੂੰ ਐਵਰੇਜ ਕੁਛ ਕੱਟੇ ਪਏ ਦੇ ਜੇ 17-18 ਹਜ਼ਾਰ ਦੇ ਵਿੱਚ ਕੋਈ 20 'ਚ ਕੁਛ ਅਸਾਂ ਮਸਲਾਂ 30 ਤੋਂ ਥੱਲੇ ਥੱਲੇ ਨੇ ਯਾਨੀ 25 ਦੀ ਐਵਰੇਜ ਅਗਰ ਕੱਢ ਲਈ ਐਵਰੇਜ ਆ 25 ਦੀ ਐਵਰੇਜ ਠੀਕ ਹੋ ਗਿਆ 4 ਮਹੀਨੇ ਤੁਹਾਨੂੰ ਕੱਟਿਆਂ ਨੂੰ ਪਾਇਆ ਹੋ ਗਿਆ ਤੇ ਸਰ ਇਹਨਾਂ ਨੇ ਕਿੰਨਾ ਕੁ ਖਰਚਾ ਕਰਵਾ ਲਿਆ 4 ਮਹੀਨਿਆਂ 'ਚ ਸਾਡਾ ਇਹਨਾਂ ਨੇ ਸਰ ਕੋਈ ਖਰਚਾ ਨਹੀਂ ਜੇ ਕਰਾਇਆ ਤਾਂ ਪੱਠੇ ਸਾਡੇ ਆਪਣੇ ਨੇ ਆ ਧਰੀ ਜੇ ਸਾਡੇ ਨਾਲ ਅਸਟਾਲਾ ਬੀਜਿਆ ਜੇ ਚੂੜੀ ਸਾਡੇ ਕੋਲ ਹੈ ਸੀ ਅਸੀਂ ਪਿਛਲੇ ਸਾਲ ਜਿੰਨਾ ਜਮ੍ਹਾਂ ਕੀਤੀ ਸੀ ਇੱਥੇ ਦੇਣ ਦੇ ਵਿੱਚ ਕੋਈ ਡੰਗਰ ਪਾਵਾਂਗੇ ਪਹਿਲਾਂ ਸਾਡਾ ਦੇਣ ਸੀ ਮੱਝਾਂ ਪਾਉਣ ਦਾ ਅੱਛਾ ਉਹ ਫਿਰ ਉਹ ਕੱਟਾ ਇੱਕ ਹੀ ਉਹਨੇ ਗਰੋਥ ਸਹੀ ਕੀਤੀ ਅਤੇ ਅਸੀਂ ਆਖਿਆ ਚਲੋ ਜਿਹੜਾ ਨਾ ਕੱਟਿਆਂ ਦਾ ਕੰਮ ਸਹੀ ਆ ਨਾਲੇ ਨਾ ਇਹਦੇ 'ਚ ਫਾਇਦਾ ਜ਼ਿਆਦਾ ਮੱਝਾਂ ਨਾਲ ਸਾਡੀ ਜ਼ਮਨ 'ਚ ਨਹੀਂ ਆ ਅਤੇ ਹਾਂ ਕੱਟੇ ਪਾ ਲਏ ਕੱਟਿਆਂ ਵਾਲਾ ਕੰਮ ਸਹੀ ਆ ਮੱਝਾਂ ਨਾਲ ਐਵਰੇਜ ਤੁਹਾਡੀ ਨਿਕਲੀ ਹੈ 25000 ਰੁਪਏ ਇੱਕ ਕੱਟੇ ਦੀ ਅਤੇ ਸਰ ਇਸ ਟਾਈਮ ਤੁਹਾਡੇ ਕੱਟੇ ਜਿਹੜਾ ਨਾ ਕਿੰਨਾ ਕੁ ਵਜ਼ਨ ਵਧਾ ਗਏ ਨੇ ਸਰ ਕੱਟੇ ਵਜ਼ਨ ਵੀ ਵਧਾ ਗਏ ਨੇ ਕੱਟੇ ਰੇਟ ਵੀ ਬਹੁਤ ਜ਼ਿਆਦਾ ਵਧਾ ਗਏ 25000 ਦਾ ਤੁਸੀਂ ਲਿਆਂਦਾ ਕਿੰਨਾ ਕੁ ਰੇਟ ਵਧਾ ਗਏ ਟਾਈਮ ਨਾਲ ਜਿਹੜਾ 25000 ਦਾ ਆਇਆ ਨਾ ਉਹ 40000 ਦਾ ਕੱਟਾ ਯਾਨੀ 15000 ਰੁਪਏ ਵਿੱਚ ਨਿਕਲਦਾ ਜ਼ਿਆਦਾ ਹੋ ਸਕਦਾ ਇਸ ਤੋਂ ਵੀ ਜ਼ਿਆਦਾ ਹੋਏ ਮਤਲਬ ਇਹ ਕੱਟਾ ਸੀ ਇਹ ਅਸਾਂ ਉਹ 20000 ਦਾ ਲਿਆ ਇਸ ਟਾਈਮ 80000 ਦਾ ਕੱਟਾ ਠੀਕ ਹੋ ਗਿਆ ਇਹ 4 ਮਹੀਨੇ ਪਹਿਲੇ ਲਿਆ ਸੀ ਹਾਂ ਇਹਨੂੰ ਕੋਈ 7-8 ਮਹੀਨੇ ਹੋ ਗਏ 7-8 ਮਹੀਨੇ ਤੋਂ ਬਾਅਦ ਇਹਨੇ ਤਕਰੀਬਨ ਕੋਈ 60000 ਵਧਾਇਆ ਤੇ ਬੜਾ ਹੋਏਗਾ ਤੇ ਖਰਚਾ ਕਿੰਨਾ ਕੁ ਹੋ ਗਿਆ ਹੋਏਗਾ ਸਾਡਾ ਇਹਦੇ 'ਚ ਕੋਈ ਖਰਚਾ ਨਹੀਂ ਜੀ ਆਇਆ ਮਸਾਂ ਆਮ ਰੂਟੀਨ ਨਾਲ ਪੱਠੇ ਹੀ ਪਾਈ ਦੇ ਨੇ ਹੋਰ ਕੋਈ ਅਸਾਂ ਅਸੀਂ ਕੋਈ ਚੀਜ਼ ਨਹੀਂ ਫੀਡ ਫੀਡ ਵਗੈਰਾ ਕੋਈ ਨਹੀਂ ਪਾਈ ਕਿਸੇ ਜਾਨਵਰ ਨੂੰ ਵੀ ਹਾਲੇ ਤੱਕ ਅਸਾਂ ਫੀਡ ਨਹੀਂ ਪਾਈ ਹਾਲੇ ਪੱਠੇ ਹੀ ਪਾ ਰਹੇ ਹਾਂ ਤੂੜੀ ਅਤੇ ਬਸ ਸਾਲਾ ਹੀ ਅਤੇ ਗਰੋਥ ਹੈ ਨਾ ਜੀ ਤੂੰ ਮੁਤਮੇਨ ਹੋ ਕਿ ਜਿੰਨੀ ਗਰੋਥ ਮੁਤਮੇਨ ਅਸੀਂ ਬੜੀ ਅੱਛੀ ਗਰੋਥ ਕਰ ਰਹੇ ਨੇ ਮਾਸ਼ਾਅੱਲਾ ਅੱਛਾ ਸਰ ਜਗ੍ਹਾ ਇਹਨਾਂ ਵਾਸਤੇ ਕਿੰਨੀ ਚਾਹੀਦੀ ਜੀ ਭਲਾ ਜਗ੍ਹਾ ਮਾਸ਼ਾਅੱਲਾ ਸਾਡੇ ਕੋਲ ਤਾਂ 10 ਕਮਰੇ ਹੈ ਜਗ੍ਹਾ ਜਿਹੜੀ ਅਸਾਂ ਕਵਰ ਕੀਤੀ ਸਾਡੇ ਉਹ ਸਾਹਮਣੇ ਵੀ ਅਸਾਂ ਜਗ੍ਹਾ ਕੋਈ 10 ਕਨਾਲ ਮੇਰਾ ਖਿਆਲ ਕਵਰ ਕੀਤੀ ਅੱਛਾ ਇਹ ਰਾਤ ਨੂੰ ਅਸੀਂ ਉੱਧਰ ਡੱਕ ਦਿੰਦੇ ਹਾਂ ਅਤੇ ਦਿਨੇ ਅਸੀਂ ਇੱਥੇ ਜਗ੍ਹਾ ਇੱਥੇ ਖਾਣ ਵੀ ਹੈਗੀ ਆ ਠੀਕ ਹੋ ਗਿਆ ਜਗ੍ਹਾ ਅਤੇ ਪੱਠਿਆਂ ਦੀ ਇੰਨੇ ਕੱਟਿਆਂ ਦੀ ਕਿੰਨੀ ਜਗ੍ਹਾ ਹੋਣੀ ਚਾਹੀਦੀ ਹੈ ਇਹਨਾਂ ਵਾਸਤੇ ਜਗ੍ਹਾ ਕੋਈ ਕਿੰਨਾ ਕੁ ਪੱਠੇ ਹੋਣ ਦੇ ਬੜੇ 20 ਕੱਟਿਆਂ ਵਾਸਤੇ ਬੰਦੇ ਇਹਨਾਂ ਦੀ ਕੇਅਰ ਕਰਨ ਵਾਸਤੇ ਕਿੰਨੇ ਰੱਖੇ ਦੇ ਜੀ ਬੰਦੇ ਅਸੀਂ ਆਪ ਹੀ ਹਾਂ 2 ਭਾਈ ਹਾਂ ਅੱਛਾ ਕੋਈ ਬੰਦਾ ਨਹੀਂ ਹਰ ਚਲਾ ਅਸੀਂ ਆਪ ਹੀ ਪੱਠੇ ਪਾਉਂਦੇ ਠੀਕ ਹੋ ਗਿਆ ਇਹਦਾ ਐਡਾ ਵੱਡਾ ਮਸਲਾ ਕੋਈ ਨਹੀਂ ਆ ਥੋੜ੍ਹੇ ਪੱਠੇ ਵੱਢਦੇ ਹਾਂ ਕੁਦਰ ਕਿਤੇ ਤੂੜੀ ਲਾ ਕੇ ਥੋੜ੍ਹੀ ਜਾਂਦੇ ਹਾਂ ਸਾਰਾ ਦਿਨ ਖਾਂਦੇ ਰਹਿੰਦੇ ਨੇ ਤੁਹਾਡੇ ਸਾਹਮਣੇ ਠੀਕ ਰਹਿੰਦੇ ਨੇ ਪੱਠੇ ਪਾਣੀ ਉਹ ਭਰ ਚੜਦਾ ਤਾਂ ਆਪਾਂ ਅਤੇ ਪਾਣੀ ਪੀਂਦੇ ਰਹਿੰਦੇ ਨੇ ਅਤੇ ਅਕਸਰ ਜਗ੍ਹਾ 'ਤੇ ਦੇਖਿਆ ਕੱਟੇ ਖੁੱਲ੍ਹੇ ਹੀ ਫਿਰਦੇ ਹੁੰਦੇ ਨੇ ਖੁੱਲ੍ਹਿਆਂ ਮਤਲਬ ਰੱਖਣ ਦੇ ਕੀ ਮਕਸਦ ਹੁੰਦਾ ਸਰ ਖੁੱਲ੍ਹਾ ਕੱਟਾ ਜਿਹੜਾ ਨਾ ਇਹ ਜ਼ਿਆਦਾ ਗਰੋਥ ਕਰਦਾ
एक मोटी चमड़ी का सानू हूँ पता लगे कि मोटी चमड़ी वाला जानवर ग्रोथ ज़्यादा करता है। ये खुला जड़ा ये अपनी मर्जी ना खाएगा, मर्जी ना पिएगा, मर्जी ना बैठेगा ना, आजाद होएगा तो ग्रोथ ज़्यादा करेगा। अगर इनू रखा पावे तो ग्रोथ घट करेगा, ये आज़ादी की ग्रोथ जी ज़्यादा करता। ठीक हो गया सर, सानू ये दसो पहली बारी तो तुम नुकसान कर बैठे हो, कुछ कट्टे तो खरीदन का नहीं पता, हूँ अगू कट्टे खरीदन लगे की चीज़ा कि चीज़ा नोटिस रखोगे? अगू ए है कि कट्टा जरा ये चमड़ी मोटी होएगी, जरा जिस कट्टे ने जिस जानवर ने ना दुध पीता होएगा ना वो कट्टा ज्यादा ग्रोथ करेगा। दुध नहीं पीता ना पिछू बाद लोग दुध नहीं पाते वो कट्टा ग्रोथ नहीं करता। अच्छा तुहानू किंज पता लगेगा कि दुध पीता है या नहीं पीता? ये सर पता लग जाता है, जरा कट्टा छोटा बच्चा ही होंगे ना तो उदो ही जरा ग्रोथ जी उन्होंने सही हुई होंगी है, उस पता लग जाता कि इन्हें दुध पीता है ग्रोथ ठीक हो रही है। अच्छा कट्टिया का कोई एक फायदा तो कोई एक नुकसान भी दसो? इन्हों का फायदा ही फायदा, नुकसान रही तो कोई नहीं देखेगा, फायदा ही फायदा, नुकसान तो रब वालू ना हो जाए तो वो बंदा कुछ नहीं कह सकता, लेकिन फायदा ही फायदा। अच्छा किस सूरत से फायदा लेंगे इन्होंने को भी दस सकते हो? फायदा यह है कि असं लेने अभी 25,000 की इन्हों की एवरेज हैगी है, तो इंशाल्लाह नकीर से असं इन्हों सेल कर देना 40-50 तो ज़्यादा जरा सेल होएगा, मतलब हद तो ज़्यादा सू प्रॉफिट जरा देगा, हद तो ज़्यादा प्रॉफिट देगा। हाँ जी तो खाएगा की खाएगा? पट्ठे खाएगा फ्री च लाहर अपने पट्ठे ने साढ़े। अच्छा कट्टिया वास्ते कोई स्पैशल जो फार्म होना चाहिए कि कोई मार धाड़ भी करके चलाया जा सकता? सारे मार धाड़ भी करके चलाया जा सकता। अच्छा अं देखने पे तुम बांस वगैरह लाए देने? हाँ जी। तो ये बांसा वगैरह तो कोई खर्चा नहीं होता? नहीं आ लकड़ा लुकड़ा साड़िया अपन एवं अपना ही जेन बना ही असं अपना ही साड़ा सड़ा सूदा ही अभी वड वुड के दिया साड़ा ने लाता दिया दो चार बांस लिया था तो ला के साड़ा बेहतरीन जरा ना। सर कट्टे तुम रखे देने इन्हों चेकअप इन्हों का कोई डॉक्टर आंदा है या फिर कोई ना? इन्हों वैक्सीन करा रही है, डॉक्टर लिया वैक्सीन करवाई थी। एक दफा करवाई? एक दफा करवाई। एक दफा ही करवाई दा या फिर? नहीं वैक्सीन एक दफा फिर इन्हों होनी है, जो ही मौसम चेंज होना ना अगू सौन पा दूँ, लेकिन उस तो पहले पहले अं इन्हों सेल कर देंगे सर। छोटी तो सेल कर देंगे। कि दिनों कट्टे ग्रोथ ज्यादा करते हैं सर्दी से गर्मी? गर्मी से ज्यादा ग्रोथ करते हैं, सर्दी से घट ग्रोथ करते हैं। सर्दी से घट ग्रोथ करते हैं। सानू ये दसो सर कि वैक्सीन तो इलावा कोई इन्हों कोई देसी टोटका भी लाते हो सेहतमंद रखने या नहीं? असा तो कोई देसी नहीं लाया, असं तो बस एक दफा वैक्सीन कराई है तो अल्लाह की सहूलत बस। पट्ठा कि चार दे पे? पट्ठा शाला चार दे पे या तूरी चार दे पे? इस तो इलावा? इस तो इलावा हले कोई पट्ठा नहीं। ये तो सर्दियों के मौसम का पट्ठा होगा ना, गर्मियों से इन्हों मतलब गर्मियों के अगों मकई हो जाएगी चरी हो जाएगी। सदा बहार काम करोगे या फिर सीजन सीजन वाइज करना चाहिए? सदा बहार ही वैसे काम ठीक है, यानी हूँ तुम कट देने ने कट्टे नाल ही फिर ले आओगे? फिर नाल नाल दबाला जिहड़े नूं होंदा। एंड ते सानू मशवरा दवो साडे दोस्तां नूं कि कट्टियां दी फार्मिंग उह करन ते किस हिसाब नाल करन किंज करन? कट्टे सर फार्मिंग दे उह ते अपने मकसद आ कि जिन्ने क पैसे होण उहदे हिसाब नाल है ते वह उन्हों की अपनी मकसद है, कोई वड्डा छंडा किसी ने पाना हो पा सकता, ना पाना हो क्या सही करो तुम इन्हों आजाद रहन तो ठीक ने कटे। ठीक हो गया सर, बहुत बहुत शुक्रिया, अल्लाह हाफिज़।